ਇਹ ਤਾਂ ਨਿੱਤ ਗੱਪ ਮਾਰਦਾ, ਇਹ ਗਦਾਰ ਲੋਕ ਨੇ ਯਾਰ, ਇਹ ਸੱਤਾ ਦੇ ਵਿੱਚ ਲਾਲਚੀ ਐਡਾ ਜਿਹਦਾ ਕੋਈ ਦੀਨ ਨੀ, ਧਰਮ ਨੀ, ਕੋਈ ਜਾਤ ਨੀ, ਪਾਤ ਨੀ, ਸਿਰਫ ਕੁਰਸੀ ਨਾਲ ਤੇ ਜੈਟ ਸਕਿਉਰਿਟੀ ਨਾਲ ਮਸਲਾ ਹੈ। ਅਜੇ ਵੀ ਇਹਨਾਂ ਦੇ ਹਾਰ ਪਈ ਜਾਂਦੇ, ਇਹਨੇ ਜਦੋਂ ਪਿੰਡਾਂ 'ਚ ਆਉਂਦੇ ਇਹਨਾਂ ਦੇ ਛਿੱਤਰ ਮਾਰ ਮਾਰ ਕੇ ਭਜਾਓ। ਕਹਿੰਦੇ ਵਿਦੇਸ਼ਾਂ ਤੋਂ ਇਹਨਾਂ ਨੂੰ ਤਾਂ ਪੈਸਾ ਆਉਂਦਾ, ਇਹਨੇ ਤਾਂ ਆਪਦੇ ਢਿੱਡ ਭਰਨੇ ਆ। ਫੰਡਿੰਗ ਆਈ ਆ, ਤੁਸੀਂ ਸਬੂਤ ਕੱਢੋ। 35,000 ਅਥਰੂ ਗੈਸ ਦਾ ਗੋਲਾ ਸਿੱਟਤਾ, ਉੱਥੇ ਲੱਤਾਂ ਤੋੜਤੀਆਂ, ਬਾਹਾਂ ਤੋੜਤੀਆਂ, ਜਵਾੜੇ ਤੋੜਤੇ, ਉੱਥੇ ਗੋਲੀਆਂ ਮਾਰ ਕੇ ਨੌਜਵਾਨਾਂ ਨੂੰ ਸ਼ਹੀਦ ਕਰਤਾ, ਗੱਟਿਆਂ ਦੇ ਵਿੱਚ ਪਾ ਪਾ ਕੇ ਡਾਂਗਾ ਮਾਰ ਮਾਰ ਉੱਥੇ ਨੌਜਵਾਨਾਂ ਦਾ ਘਾਣ ਕੀਤਾ। ਪੰਜਾਬ ਦੇ ਵਿੱਚ ਵਧੀਆ ਜਥੇਬੰਦੀਆਂ ਕੰਮ ਕਰ ਰਹੀਆਂ ਨੇ, ਇਹਨਾਂ ਦਾ ਸਾਥ ਦੇਣਾ ਚਾਹੀਦਾ। ਬੀਜੇਪੀ ਵਾਲਿਆਂ ਦੇ ਤਾਂ ਮੈਂ ਜੁੱਤੀ ਮਾਰੂੰਗਾ, ਇਹਨਾਂ ਨਾਲ ਤਾਂ ਬਾਈਟ ਨਹੀਂ ਕਰਨੀ ਚਾਹੀਦੀ ਮੈਨੂੰ, ਇਹਨਾਂ ਦੇ ਨਾਲ ਤਾਂ ਮੈਂ ਇਹਨਾਂ ਦੇ ਨਾਲ ਕਿਵੇਂ ਬੈਠਾਂ। ਇਹਨਾਂ ਨੇ 720 ਕਿਸਾਨਾਂ ਨੂੰ ਸ਼ਹੀਦ ਕਰਵਾਤਾ ਅਤੇ ਅੱਜ ਉਹੀ ਬਿੱਟੂ ਵਰਗੇ ਉਹਨਾਂ ਦੀ ਬੋਲੀ ਬੋਲੀ ਜਾਂਦੇ ਆ। ਛੋਟਾ ਮੀਡੀਆ ਇਹਦੀ ਬਾਈਟ ਲੈਣਾ ਬੰਦ ਕਰੇ ਯਾਰ, ਜਿਹੜਾ ਸਹੀ ਮੀਡੀਆ ਇਹਨੂੰ ਕਿਉਂ ਐਵੇਂ ਸਿਰ ਤੇ ਬਿਠਾਇਆ ਯਾਰ। ਅਜੇ ਵੀ ਮੈਕ ਲੈ ਕੇ ਉਹਦਾ ਡੱਡੂ ਜਾ ਉਹਦੇ ਮੂਹਰੇ ਮੂਹਰੇ ਕਰ ਦਿੰਦੇ ਹੋ। ਜਿਹੜੇ ਬੰਦੇ ਦੀ ਜਵਾਨ ਹੀ ਨਹੀਂ, ਘੰਟੇ ਬਾਅਦ ਕੀ ਬੋਲਦਾ, ਘੰਟੇ ਬਾਅਦ ਕੀ ਬੋਲਦਾ, ਅਤੇ ਉਹਦੀਆਂ ਗੱਲਾਂ ਦਾ ਤਵੱਜੋ ਦੇਣੀ ਵੀ ਕੀ ਹੈ। ਇਹ ਬੰਦਾ ਕਹਿ ਰਿਹਾ ਹੈ ਵੀ ਇਹ ਪੰਜਾਬ ਦੀ ਧਰਤੀ ਤੇ ਧਰਨੇ ਲਾ ਰਹੇ ਹੈ, ਸੜਕਾਂ ਵਿਹਲੀਆਂ ਨਹੀਂ ਕਰਦੇ। ਇਸੇ ਬੰਦੇ ਨੂੰ ਪੁੱਛਣਾ ਚਾਹੁੰਦੇ ਆ, 2020 ਦੇ ਵਿੱਚ ਤੂੰ ਪਾਰਲੀਮੈਂਟ ਦੇ ਵਿੱਚ ਕਿਉਂ ਬੈਠਾ, ਧਰਨਾ ਕਿਉਂ ਲਾਇਆ, ਤੂੰ ਆਏ ਕਿਉਂ ਕਿਹਾ ਵੀ ਬੀਜੇਪੀ ਵਾਲਿਆਂ ਦੇ ਤਾਂ ਛਿੱਤਰ ਮਾਰਨੇ ਚਾਹੀਦੇ ਹੈ। ਸਤਿ ਸ਼੍ਰੀ ਅਕਾਲ, RMB ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ, ਮੈਂ ਹਾਂ ਜਸ ਕਰੇਪਾਲ। ਰਵਨੀਤ ਸਿੰਘ ਬਿੱਟੂ ਜਿਨ੍ਹਾਂ ਦਾ ਅਕਸਰ ਜਿਹੜਾ ਹੈਗਾ ਸੁਰਖੀਆਂ ਦੇ ਵਿੱਚ ਬਣੇ ਰਹਿੰਦੇ ਨੇ, ਸੁਰਖੀਆਂ ਦੇ ਨਾਲ ਨਾਤਾ ਬੜੀ ਨੇੜੇ ਤੋਂ, ਬੀਤੇ ਕੱਲ੍ਹ ਫਿਰ ਇੱਕ ਵਾਰੀ ਉਹਨਾਂ ਦੇ ਵੱਲੋਂ ਬਿਆਨ ਜਿਹੜਾ ਆ ਉਹ ਦਿੱਤਾ ਜਾਂਦਾ ਹੈ, ਜਿਸ ਦੇ ਵਿੱਚ ਕਿਸਾਨਾਂ ਨੂੰ ਬਲੈਕਮੇਲਰ ਤਾਂ ਕਿਹਾ ਜਾਂਦਾ ਹੈ। ਇੱਥੋਂ ਤੱਕ ਕਹਿ ਦਿੱਤਾ ਜਾਂਦਾ ਕਿ ਕਿਸਾਨਾਂ ਨੂੰ ਜਿਹੜੀ ਹੈਗੀ ਆ, ਕਿਸਾਨ ਆਗੂਆਂ ਨੂੰ ਜਿਹੜੀ ਆ ਉਹ ਵਿਦੇਸ਼ਾਂ ਤੋਂ ਫੰਡਿੰਗ ਆਉਂਦੀ ਹੈ, ਅਤੇ ਕਿਸਾਨ ਆਗੂ ਨੂੰ ਬਲੈਕਮੇਲਰ ਤੱਕ ਕਹਿ ਦਿੱਤਾ ਜਾਂਦਾ। ਗੱਲਬਾਤ ਕਰਾਂਗੇ ਮੇਰੇ ਨਾਲ ਕਿਸਾਨ ਯੂਨੀਅਨ ਉਗਰਾਹਾਂ ਤੋਂ ਬਿੱਟੂ ਮੱਲਣ ਹੋਰੀ ਹੋਣਗੇ। ਬਿੱਟੂ ਬਾਈ, ਕਿਵੇਂ ਦੇਖਦੇ ਹੋ ਰਵਨੀਤ ਬਿੱਟੂ ਹੋਰਾਂ ਦੇ ਵੱਲੋਂ ਜਿਹੜੇ ਹਾਲਾਂਕਿ ਸੁਰਖੀਆਂ ਦੇ ਵਿੱਚ ਬਣੇ ਰਹਿੰਦੇ ਨੇ, ਇੱਕ ਵਾਰੀ ਫਿਰ ਬਿਆਨ ਜਿਹੜਾ ਦਿੱਤਾ ਜਾਂਦਾ ਹੈ, ਬਲੈਕਮੇਲਰ ਤੱਕ ਕਿਸਾਨ ਆਗੂ ਨੂੰ ਕਹਿ ਦਿੱਤਾ ਜਾਂਦਾ ਆ, ਇੱਥੋਂ ਤੱਕ ਕਹਿ ਦਿੱਤਾ ਜਾਂਦਾ ਕਿ ਵਿਦੇਸ਼ਾਂ ਤੋਂ ਫੰਡਿੰਗ ਪੈਸਾ ਆਉਂਦਾ? ਸਭ ਤੋਂ ਪਹਿਲਾਂ ਤਾਂ ਜਸ ਬਾਈ, ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ ਵੀ ਇਹਦੇ ਮੈਂਟਲੀ ਐਂ ਲੱਗਦਾ ਜਿਵੇਂ ਰਵਨੀਤ ਬਿੱਟੂ ਆਪਦਾ ਸੰਤੁਲਨ ਖੋ ਬੈਠਾ। ਤੁਸੀਂ ਆਪ ਦੱਸੋ, ਅੱਜ ਕਹਿ ਕੇ ਕੱਲ੍ਹ ਨੂੰ ਉਹਦੀ ਗੱਲ ਹੋਰ ਹੁੰਦੀ ਹੈ, ਸੁਬਾਹ ਹੋਰ ਹੁੰਦੀ ਹੈ, ਸ਼ਾਮ ਨੂੰ ਹੋਰ ਹੁੰਦੀ ਹੈ, ਦੁਪਹਿਰੇ ਹੋਰ ਹੁੰਦੀ ਹੈ, ਘੰਟੇ ਘੰਟੇ ਬਾਅਦ ਬੋਲਦਾ। ਜਿਸ ਦਿਨ ਵੋਟਾਂ ਪੈ ਗਈਆਂ ਸੀ ਬੀਜੇਪੀ ਦੇ ਵਿੱਚ ਜਾ ਵੜਿਆ ਸੀ, ਕੈਬਿਨਟ ਦਾ ਇਹਨੂੰ ਅਹੁਦਾ ਦਿੱਤਾ ਹੈ, ਚਾਹੇ ਰਾਜ ਮੰਤਰੀ ਹੈ ਚਾਹੇ ਕੋਈ ਵੀ ਇਹਦੇ ਕੋਲ ਮਹਿਕਮਾ ਹੈ, ਇਹਨੇ ਆਪ ਕਿਹਾ ਸੀ ਵੀ ਕਿਸਾਨਾਂ ਦੇ ਵਿੱਚ ਅਤੇ ਸੈਂਟਰ ਸਰਕਾਰ ਦੇ ਵਿੱਚ ਪਹਿਲਾਂ ਕਿਸੇ ਨੇ ਵਿਚੋਲੇ ਦੀ ਭੂਮਿਕਾ ਨਹੀਂ ਨਿਭਾਈ, ਅਤੇ ਅੱਜ ਤੋਂ ਬਾਅਦ ਮੈਂ ਇਸੇ ਲਈ ਬੀਜੇਪੀ ਦੇ ਵਿੱਚ ਗਿਆ ਵੀ ਕਿਸਾਨਾਂ ਮਜ਼ਦੂਰਾਂ ਦਾ ਇਹ ਪੰਜਾਬ ਦੇ ਮਸਲੇ ਚੱਕ ਸਕਾਂ ਅਤੇ ਸਹੀ ਸਮੇਂ 'ਤੇ ਚੱਕ ਸਕਾਂ ਅਤੇ ਉਹਨਾਂ ਨੂੰ ਤਾਲਮੇਲਵਾਂ ਨਜ਼ਦੀਕ ਲਿਆ ਕੇ ਅਤੇ ਮਸਲਿਆਂ ਦਾ ਹੱਲ ਕਰਾ ਸਕਾਂ। ਅਤੇ ਬਾਈ, ਜਦੋਂ ਇਹਨੇ ਇਹ ਬਿਆਨ ਦਿੱਤੇ ਆ ਅਤੇ ਉੱਤੋਂ ਜਦੋਂ ਇਹਨੂੰ ਕਿਹਾ ਖਬਰਦਾਰ ਹੋ ਜਾ, ਇੱਥੇ ਚੁੱਪ ਹੋ ਜਾ, ਇੱਦੋਂ ਲਕੀਰ ਟੱਪਣਾ, ਅਤੇ ਬਾਈ ਇਹਦੇ ਬਿਆਨ ਬਦਲਵੇਂ ਹੋ ਗਏ। ਹੁਣ ਮੈਂ ਜਿਹੜੇ ਇਹਨੇ ਟਿੱਪਣੀਆਂ ਕੀਤੀਆਂ ਉਹਨਾਂ 'ਤੇ ਇੱਕ ਇੱਕ ਕਰਕੇ ਜੇ ਮੈਂ ਆਵਾਂ, ਇਹਨੇ ਕਿਹਾ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਅਕਵਾਇਰ ਹੋ ਰਹੀਆਂ ਨੇ ਉਹ ਕਿਸਾਨ ਤਾਂ ਜ਼ਮੀਨਾਂ ਦੇਣ ਨੂੰ ਤਿਆਰ ਨੇ, ਇਹ ਤਾਂ ਕਿਸਾਨ ਆਗੂ ਆਪਣੀਆਂ ਰੋਟੀਆਂ ਸੇਕ ਰਹੇ ਨੇ। ਬਾਈ ਜੀ, ਜਦੋਂ ਜ਼ਮੀਨ ਦੇ ਵਿੱਚ ਦੀ ਵੱਟ ਪੈਂਦੀ ਹੈ ਨਾ, ਅਤੇ ਇੱਥੋਂ ਦੀ ਕਾਲਜੇ ਥਾਣੀ ਛੁਰਾ 'ਚ ਹੀ ਰਹਿ ਜਾਂਦਾ, ਜਿਵੇਂ ਛੁਰਾ ਨਹੀਂ ਮਾਰ ਦਿੰਦੇ ਕਾਲਜੇ 'ਚ, ਐਂ 'ਚ ਹੀ ਰਹਿ ਜਾਂਦਾ ਜਦੋਂ ਆਹ ਧਰਤੀ ਥੱਲਿਓਂ ਖੁਸਦੀ ਹੈ। ਇਹੀ 4 ਮਣ ਦਾਣੇ ਕਰਕੇ ਇਹੀ ਅਸੀਂ ਆਪਦੇ ਬੱਚਿਆਂ ਦੇ ਢਿੱਡ ਭਰਨੇ ਹੈ, ਰੁਜ਼ਗਾਰ ਤਾਂ ਇੱਥੇ ਰਿਹਾ ਹੀ ਨਹੀਂਗਾ, ਸਿਸਟਮ ਤਾਂ ਤੁਸੀਂ ਖਤਮ ਕਰਤਾ। ਅਤੇ ਅੱਜ ਇਹ ਕਹਿ ਰਿਹਾ ਵੀ ਉਹ ਕਿਸਾਨ ਪੈਸੇ ਲੈਣ ਨੂੰ ਤਿਆਰ ਹੈ,
ਉਹ ਕਿਸਾਨਾਂ ਨੂੰ ਤੁਸੀਂ ਪੂਰਾ ਰੇਟ ਦਿੱਤਾ, ਉਹ ਕਿਸਾਨ ਚੀਕਾਂ ਮਾਰ ਰਹੇ ਨੇ ਵੀ ਸਾਨੂੰ ਪੂਰਾ ਰੇਟ ਦਿਓ, ਤਾਂ ਬਈ ਸੜਕਾਂ 'ਤੇ ਬੈਠੇ ਹੈ। ਇਹ ਬੰਦੇ ਦਾ ਯਾਰ ਕੀ ਕਹੀਏ, ਇਹ ਬੰਦਾ ਕਹਿ ਰਿਹਾ ਹੈ ਵੀ ਇਹ ਪੰਜਾਬ ਦੀ ਧਰਤੀ 'ਤੇ ਧਰਨੇ ਲਾ ਰਹੇ ਹੈ, ਸੜਕਾਂ ਵਿਹਲੀਆਂ ਨਹੀਂ ਕਰਦੇ। ਇਸੇ ਬੰਦੇ ਨੂੰ ਪੁੱਛਣਾ ਚਾਹੁੰਦੇ ਹਾਂ, 2020 ਦੇ ਵਿੱਚ ਤੂੰ ਪਾਰਲੀਮੈਂਟ ਦੇ ਵਿੱਚ ਕਿਉਂ ਬੈਠਾ, ਧਰਨਾ ਕਿਉਂ ਲਾਇਆ, ਤੂੰ ਐਂ ਕਿਉਂ ਕਿਹਾ ਵੀ BJP ਵਾਲਿਆਂ ਦੇ ਤਾਂ ਛਿੱਤਰ ਮਾਰਨੇ ਚਾਹੀਦੇ ਹੈ, ਇਹਨਾਂ ਦੇ ਅਸੀਂ ਨਾਲ ਬਾਈਟ ਕਰੀਏ। ਤੇਰੇ ਆਪਦੇ ਬਿਆਨ ਸੀ, ਤੂੰ ਕਿਸਾਨੀ ਅੰਦੋਲਨ ਦੇ ਧਰਨੇ ਦੇ ਵਿੱਚ ਗਿਆ, ਤੂੰ ਮਹਿਕ ਭਾਲਦਾ ਹੁੰਦਾ ਸੀ, ਉਹ ਗੱਲਾਂ ਕਿੱਧਰ ਗਈਆਂ? ਸਾਡਾ ਵਿਰੋਧ ਹੈ ਦਿੱਲੀ ਦੇ ਤਖ਼ਤ ਦੇ ਨਾਲ, ਸਾਡਾ ਵਿਰੋਧ ਹੈ ਸਿਸਟਮ ਦੇ ਨਾਲ, ਸਾਡਾ ਵਿਰੋਧ ਹੈ ਨੀਤੀਆਂ ਦੇ ਨਾਲ। ਅਤੇ ਇਹੀ ਰਮਰੀਤ ਬਿੱਟੂ ਨੂੰ ਪੁੱਛਣਾ ਚਾਹੁੰਦੇ ਹਾਂ, ਜਿਹੜਾ ਅਜੇ ਮਿਸ਼ਰਾ ਟੈਣੀ ਦਾ ਮੁੰਡਾ ਜਿਹਨੂੰ ਤੁਸੀਂ ਟਿਕਟਾਂ ਦਿੱਤੀਆਂ, ਐਕਤੀ ਉਹਨੂੰ ਹਾਰ ਦਾ ਮੂੰਹ ਦੇਖਣਾ ਪਿਆ, ਤੁਰੇ ਆਉਂਦੇ ਕਿਸਾਨਾਂ ਦੇ ਉੱਤੇ ਜੀਪਾਂ ਚੜ੍ਹਾ ਦਿੰਦਾ ਹੈ, ਉਹਨਾਂ ਦੀਆਂ ਲੱਤਾਂ ਬਾਹਾਂ ਤੋੜ ਦਿੰਦਾ ਹੈ, ਉਹਨਾਂ ਨੂੰ ਮਾਰ ਦਿੰਦਾ, ਕੀ ਉਹਨਾਂ 'ਤੇ ਕਾਰਵਾਈ ਕੀਤੀ ਬਾਈ ਤੁਸੀਂ? ਸਾਡਾ ਇਹ ਸਿਸਟਮ ਵਿਰੁੱਧ ਸਾਡੇ ਧਰਨੇ ਨੇ, ਸਾਡੀ MSP ਜਿਹੜੀ ਤੁਸੀਂ ਉੱਥੇ ਲਿਖਤੀ ਰੂਪ ਦੇ ਵਿੱਚ ਦਿੱਤਾ ਸੀ ਵੀ ਅਸੀਂ ਕਮੇਟੀ ਬਣਾਵਾਂਗੇ, ਇਸੇ ਮੋਦੀ ਸਰਕਾਰ ਨੇ ਉਹਦਾ ਕੀ ਕੀਤਾ? ਜਿਹੜੇ 700 ਤੋਂ ਵੱਧ ਕਿਸਾਨ ਸ਼ਹੀਦ ਹੋਏ ਹੈ ਉਹਨਾਂ ਦਾ ਕੀ ਕੀਤਾ? ਬਿਜਲੀ ਐਕਟ 2020 ਦਾ ਕੀ ਕੀਤਾ? ਜਿਹੜੇ ਅੰਦੋਲਨਕਾਰੀ ਕਿਸਾਨਾਂ ਦੇ ਉੱਤੇ ਪਰਚੇ ਦਰਜ ਸੀ ਉਹਨਾਂ ਦਾ ਕੀ ਕੀਤਾ? ਉਹ ਜਿਉਂ ਦੀ ਤਿਉਂ ਨੇ, ਅਤੇ ਸੈਂਟਰ ਦੀ ਸਰਕਾਰ ਨੇ ਉਹਦੇ ਸਾਨੂੰ ਲਿਖਤੀ ਰੂਪ ਦੇ ਵਿੱਚ ਦਿੱਤਾ ਸੀਗਾ, ਅਤੇ ਉਹ ਮੁੱਦਿਆਂ 'ਤੇ ਅਸੀਂ ਲੜ ਰਹੇ ਹਾਂ, ਅਤੇ ਤੂੰ ਇੱਕ ਪਾਸੇ ਇਹ ਸੁਣਾ ਰਿਹਾ ਹੈ ਵੀ ਪੰਜਾਬ ਦੇ ਅਤੇ ਹਰਿਆਣੇ ਦੇ ਵਿੱਚ ਦੋ ਫਸਲਾਂ ਨੇ, 70,000 ਕਰੋੜ ਰੁਪਏ ਦੀ ਅਸੀਂ MSP ਦਿੰਦੇ ਹਾਂ, ਯਾਨੀ ਕਿ ਝੋਨਾ ਕਣਕ ਅਸੀਂ ਚੱਕਦੇ ਹਾਂ, ਕੀ ਸਾਨ ਕੀਤਾ ਤੁਸੀਂ? ਕੀ 1800-2000 ਦਾ ਜਿਹੜਾ MSP ਝੋਨੇ ਦੀ ਦਿੰਦੇ ਹੈ, ਕੀ ਉਹ ਕਿਸਾਨ ਵਾਸਤੇ ਕਾਫੀ ਹੈ? ਝੋਨਾ ਤਾਂ ਅਸੀਂ ਬੀਜਣਾ ਹੀ ਨਹੀਂ ਚਾਹੁੰਦੇ, ਤੁਸੀਂ ਉਦੋਂ ਪਰਾਲੀਆਂ ਜਦੋਂ ਸਾੜਦੇ ਹੈ ਉਦੋਂ ਤੁਸੀਂ ਕਹਿੰਦੇ ਹੋ ਕਿਸਾਨ ਪ੍ਰਦੂਸ਼ਣ ਕਰਦੇ ਹੈ, ਤੁਸੀਂ ਤਾਂ ਸਾਡੇ ਗੱਲ ਦੇ ਵਿੱਚ ਫਾਹਾ ਪਾਇਆ ਹਰੀ ਕ੍ਰਾਂਤੀ ਦਾ ਲਿਆ ਕੇ, ਅਤੇ ਤੁਸੀਂ MSP ਜਿਹੜੀ ਆਦੇ ਸਬਜ਼ੀਆਂ 'ਤੇ ਮਿਲਦੀ ਹੈ, ਕਪਾਹ 'ਤੇ ਮਿਲਦੀ ਹੈ, ਸੂਰਜਮੁਖੀ 'ਤੇ ਮਿਲਦੀ ਹੈ, ਗੰਨੇ 'ਤੇ ਮਿਲਦੀ ਹੈ, ਦੱਸੋ ਕਿਹੜੀ ਕਿਹੜੀ ਫਸਲ 'ਤੇ MSP ਦਿੰਦੇ ਹੋ ਤੁਸੀਂ? ਤੁਸੀਂ ਤਾਂ ਸਿਸਟਮ ਨੂੰ ਬਰਬਾਦ ਕਰਤਾ, ਅਤੇ ਬਾਈ ਜੀ ਇਹਦੇ ਪਿੱਠੇ ਦਾ ਕੀ ਛਾਨਣਾ ਯਾਰ, ਇਹ ਤਾਂ ਨਿੱਤ ਗੱਪ ਮਾਰਦਾ। ਇਹ ਬੰਦੇ ਨੇ ਇਹ ਸੱਤਾ ਦੇ ਵਿੱਚ ਲਾਲਚੀ ਐਡਾ, ਜਿਹਦਾ ਕੋਈ ਦੀਨ ਨਹੀਂ, ਧਰਮ ਨਹੀਂ, ਕੋਈ ਜਾਤ ਨਹੀਂ, ਪਾਤ ਨਹੀਂ, ਸਿਰਫ ਕੁਰਸੀ ਨਾਲ ਅਤੇ ਜੈੱਡ ਸਕਿਉਰਿਟੀ ਨਾਲ ਮਸਲਾ ਹੈ, ਅਤੇ ਇਹ ਲੋਕਾਂ ਨੂੰ ਵੇਚ ਰਿਹਾ ਯਾਰ। ਪਹਿਲੀ ਗੱਲ ਤਾਂ ਤੁਹਾਡਾ ਮੀਡੀਆ ਇਹਦੀ ਬਾਈਟ ਲੈਣਾ ਬੰਦ ਕਰੇ ਯਾਰ, ਜਿਹੜਾ ਸਹੀ ਮੀਡੀਆ ਇਹਨੂੰ ਕਿਉਂ ਐਵੇਂ ਸਿਰ 'ਤੇ ਬਿਠਾਇਆ ਯਾਰ? ਜਿਹੜੇ ਬੰਦੇ ਦੀ ਜਵਾਨ ਹੀ ਨਹੀਂ, ਘੰਟੇ ਬਾਅਦ ਕੀ ਬੋਲਦਾ, ਘੰਟੇ ਬਾਅਦ ਕੀ ਬੋਲਦਾ, ਅਤੇ ਉਹਦੀਆਂ ਗੱਲਾਂ ਦਾ ਤਵੱਜੋ ਦੇਣੀ ਵੀ ਕੀ ਹੈ? ਜਿਹੜਾ ਇਹ ਕਹਿ ਰਿਹਾ ਵੀ ਕਿਸਾਨ ਆਗੂ, ਕੁਛ ਕੁ ਕਿਸਾਨ ਆਗੂ ਜਿਹੜੇ ਵੀ ਫੰਡਿੰਗ ਆਉਂਦੀ ਹੈ ਆਪਦਾ ਕਿੱਤਾ ਬਣਾਈ ਬੈਠੇ ਹੈ, ਅਤੇ ਫਿਰ ਤੈਨੂੰ ਉਹਦੇ ਧਰਨੇ 'ਤੇ ਨਹੀਂ ਬੈਠਣਾ ਚਾਹੀਦਾ ਸੀ। ਉਹਦੇ ਦਿੱਲੀ ਜਦੋਂ ਤੂੰ 2 ਮਹੀਨੇ ਉੱਥੇ ਬੈਠਾ, ਉਹ ਨਾਟਕ ਨਹੀਂ ਤੈਨੂੰ ਰਚਾਉਣਾ ਚਾਹੀਦਾ ਸੀ? ਜਿਹੜਾ ਬੰਦਾ ਇਹ ਕਹਿ ਰਿਹਾ ਵੀ ਕਿਸਾਨ ਆਗੂਆਂ ਨੂੰ ਫੰਡਿੰਗ ਆਉਂਦੀ ਹੈ, ਇਹ ਇੱਕ ਕਿੱਤਾ ਤੋਰਿਆ ਹੋਇਆ, ਅਤੇ ਇਹਨੂੰ ਪੁੱਛਣਾ ਹੋਵੇ ਸਾਡੀ ਤਾਂ ਬਾਈ ਸਿਸਟਮ ਨਾਲ ਲੜਾਈ ਹੈ, ਤੂੰ ਆ ਕੇ ਕਿੱਤਾ ਤਾਂ ਤੋਰ ਕੇ ਵੇਖ, ਘੰਟਾ ਆ ਕੇ ਸੜਕ 'ਤੇ ਬੈਠ ਤਾਂ ਸਹੀ, ਤੈਨੂੰ ਇੱਥੇ ਪਤਾ ਲੱਗੇ ਸੱਪਾਂ ਦੀਆਂ ਸਿਰੀਆਂ ਕਿਵੇਂ ਮੁੱਧਰੀਆਂ? ਪੰਜਾਬ ਦਾ ਬੇੜਾ ਗਰਕ ਕਰਤਾ, ਨੌਜਵਾਨੀ ਨਸ਼ੇ ਦੀ ਦਲਦਲ ਦੇ ਵਿੱਚ ਫਸ ਗਈ, ਕਈ ਨੌਜਵਾਨੀ ਬਾਹਰ ਉੱਠ ਗਏ, ਜ਼ਮੀਨਾਂ ਵੇਚਤੀਆਂ, ਲੱਖਾਂ ਕਰੋੜਾਂ ਰੁਪਈਆ ਤੁਸੀਂ ਅਬਾਨੀਆਂ ਅਡਾਨੀਆਂ ਦਾ ਤੁਹਾਡੇ ਮੋਦੀ ਨੇ ਮਾਫ਼ ਕਰਤਾ, ਅਤੇ ਜਿਹੜਾ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਜਿੰਨਾ ਅਬਾਨੀਆਂ ਦਾ ਅਡਾਨੀਆਂ ਦਾ ਮਾਫ਼ ਕੀਤਾ, ਉਹਨਾਂ ਤਾਂ ਬਈ ਦੇਸ਼ ਸਿਰ ਕਰਜ਼ਾ ਹੀ ਹੈ ਨਹੀਂ ਸੀ ਕਿਸਾਨਾਂ ਮਜ਼ਦੂਰਾਂ ਸਿਰ।
ਸਾਡਾ ਤਾਂ ਉਹ ਨੀਤੀਆਂ ਨਾਲ ਵਿਰੋਧ ਹੈ। ਤੁਸੀਂ ਫਸਲਾਂ ਦੇ ਰੇਟ ਦਿਓ, ਐੱਮ ਐੱਸ ਪੀ ਦਿਓ, ਅੰਦੋਲਨਕਾਰੀ ਕਿਸਾਨਾਂ 'ਤੇ ਪਰਚੇ ਰੱਦ ਕਰੋ, ਅਜੇ ਮਿਸ਼ਰਾ ਟੈਣੀ ਨੂੰ ਜੇਲ੍ਹ ਭੇਜੋ, ਉਹਨੂੰ ਸਜ਼ਾਵਾਂ ਦਿਓ। ਅਤੇ ਸਾਡੀ ਤਾਂ ਮੁੱਦਿਆਂ ਨਾਲ ਲੜਾਈ ਆ, ਸਾਡੀ ਬਿੱਟੂ ਨਾਲ ਤਾਂ ਨਹੀਂ, ਨਾ ਸਾਡੀ ਮੋਦੀ ਨਾਲ ਆ। ਇਹ ਤਾਂ ਲੋਕਾਂ ਨੂੰ ਗੁੰਮਰਾਹ ਕਰਦਾ। ਇਹ ਬਿੱਟੂ ਦੇ ਬਿਆਨਾਂ ਦੇ ਉੱਤੇ ਬਿਲਕੁਲ ਨਹੀਂ ਤਵੱਜੋ ਦੇਣੀ ਚਾਹੀਦੀ। ਇਹ ਲੋਕਾਂ ਦੇ ਜਦੋਂ ਪਿੰਡਾਂ 'ਚ ਆਉਂਦੇ ਆ ਯਾਰ, ਇਹਨਾਂ ਨੂੰ ਸਵਾਲ ਕਿਉਂ ਨਹੀਂ ਕਰਦੇ? ਸਾਡੇ ਲੋਕ ਅਜੇ ਵੀ ਯਾਰ ਇਹਨਾਂ ਨੂੰ ਵੋਟਾਂ ਪਾ ਕੇ ਤੁਸੀਂ ਸਮਾਨਤ ਕਰੀ ਜਾਂਦੇ ਹੋ, ਅਜੇ ਵੀ ਇਹਨਾਂ ਦੇ ਹਾਰ ਪਾਈ ਜਾਂਦੇ ਹੋ। ਇਹਨਾਂ ਜਦੋਂ ਪਿੰਡਾਂ 'ਚ ਆਉਂਦੇ, ਇਹਨਾਂ ਦੇ ਛਿੱਤਰ ਮਾਰ ਮਾਰ ਕੇ ਭਜਾਓ। ਜਿਹੜੇ ਬੰਦੇ ਇਸ ਤਰ੍ਹਾਂ ਤੁਹਾਡੀ ਕਿਸਾਨੀ ਨੂੰ, ਤੁਹਾਡੇ ਕਿੱਤੇ ਨੂੰ, ਤੁਹਾਡੇ ਕਿੱਤੇ ਨੂੰ ਬਦਨਾਮ ਕਰਦੇ ਆ, ਇਹ ਆਹਦਾ ਇਹ ਬੰਬ ਬੰਦੂਕਾਂ ਲੈ ਕੇ ਗਏ ਸੀ ਦਿੱਲੀ ਵੱਲ। ਕੀ ਬਈ ਜਦੋਂ ਤੈਨੂੰ ਉਦੋਂ ਪਤਾ ਨਹੀਂ ਸੀ, ਫਿਰ ਤੂੰ ਧਰਨੇ 'ਤੇ ਹਮਾਇਤ ਕਿਉਂ ਕੀਤੀ? ਵੀ ਇਹ ਤਾਂ ਬੰਬ ਬੰਦੂਕਾਂ ਲੈ ਕੇ ਆਏ ਆ। ਉਹ ਯਾਰ ਇਹ ਕਿਰਤ ਕਰਨ ਵਾਲੇ ਲੋਕ ਹੈ, ਇਹ ਕਿਸਾਨ ਮਜ਼ਦੂਰ ਹੈ, ਇਹਨਾਂ ਨੇ ਦੇਸ਼ ਦੀ ਭੁੱਖਮਰੀ ਦੂਰ ਕਰਤੀ, ਦੇਸ਼ ਦੇ ਸਟੋਰਾਂ ਦੇ ਸਟੋਰ ਭਰਤੇ। ਤੁਸੀਂ ਕਹੀ ਜਾਂਦੇ ਇਹ ਅੰਦੋਲਨ ਦੇ ਵਿੱਚ ਬੰਬ ਬੰਦੂਕਾਂ ਲੈ ਕੇ ਗਏ ਸੀ। ਜੇ ਬੰਬ ਬੰਦੂਕਾਂ ਲੈ ਕੇ ਗਏ ਹੁੰਦੇ, ਡਾਂਗਾ ਸੁੱਟੀਆਂ ਲੈ ਕੇ ਗਏ ਹੁੰਦੇ, 13 ਮਹੀਨੇ ਦਿੱਲੀ ਦੀਆਂ ਬਰੂਹਾਂ 'ਤੇ ਨਹੀਂ ਬਹਿੰਦੇ ਸੀ? ਬੰਬ ਬੰਦੂਕਾਂ ਤੁਸੀਂ ਸਿੱਟੇ ਆ। ਤੁਸੀਂ 35,000 ਅਥਰੂ ਗੈਂਸ ਦਾ ਗੋਲਾ ਸੈਂਟਰ ਸਰਕਾਰ ਨੇ ਪਾਕਿਸਤਾਨ ਅਤੇ ਭਾਰਤ ਦੀ ਜੰਗ ਬਣਾਤੀ ਸੀ ਇੱਥੇ, ਆ ਖਨੌਰੀ ਅਤੇ ਸਿੰਘੂ, ਆ ਇੱਥੇ ਸ਼ਿੰਭੂ, ਦੋਨਾਂ 'ਤੇ ਬਾਈ ਜੀ ਇਹਨਾਂ ਨੇ ਐਂ ਬਣਾਤਾ ਜਿਵੇਂ ਪਾਕਿਸਤਾਨ ਅਤੇ ਭਾਰਤ ਦੀ ਜੰਗ ਚੱਲਦੀ ਹੁੰਦੀ ਹੈ। 35,000 ਅਥਰੂ ਗੈਸ ਦਾ ਗੋਲਾ ਇੱਥੇ ਤੁਸੀਂ ਲਿਆਂਦਾ। ਹੋਰ ਕਹਿੰਦੇ ਨੇ ਬਲੈਕਮੇਲਰ ਤੱਕ ਦਾ ਨਾਮ ਉਹਨਾਂ ਨੇ ਦਿੱਤਾ ਹੈਗਾ, ਕਹਿੰਦੇ ਬਲੈਕਮੇਲ ਕਰਦੇ ਨੇ ਇਹ, ਕੰਮ ਕੋਈ ਜਿਹੜਾ ਹੈਗਾ ਹੋਣ ਨਹੀਂ ਦਿੰਦੇ। ਫੰਡਿੰਗ ਦੀ ਜਿਹੜੀ ਉਹ ਵੀ ਗੱਲ ਕੀਤੀ ਆ, ਕਹਿੰਦੇ ਵਿਦੇਸ਼ਾਂ ਤੋਂ ਇਹਨਾਂ ਨੂੰ ਤਾਂ ਪੈਸਾ ਆਉਂਦਾ ਨੇ ਤਾਂ ਆਪਦੇ ਢਿੱਡ ਭਰਨੇ ਆ। ਭਾਈ ਮੈਂ ਉਹੀ ਗੱਲ 'ਤੇ ਆਉਂਦਾ ਯਾਰ, ਅਜੇ ਢਿੱਡ ਭਰਨੇ ਆ। 35,000 ਅਥਰੂ ਗੈਸ ਦਾ ਗੋਲਾ ਸੁੱਟਤਾ, ਉੱਥੇ ਲੱਤਾਂ ਤੋੜਤੀਆਂ, ਬਾਹਾਂ ਤੋੜਤੀਆਂ, ਜਵਾੜੇ ਤੋੜਤੇ, ਉੱਥੇ ਗੋਲੀਆਂ ਮਾਰ ਕੇ ਨੌਜਵਾਨਾਂ ਨੂੰ ਸ਼ਹੀਦ ਕਰਤਾ, ਅਤੇ ਸਰਕਾਰ ਦਾ ਕਿਹੜੇ ਪਾਸੋਂ ਨੁਕਸਾਨ ਹੋਇਆ ਬਈ? ਦੱਸੋ ਤੁਸੀਂ, ਉੱਥੇ ਗੱਟਿਆਂ ਦੇ ਵਿੱਚ ਪਾ ਪਾ ਕੇ ਡਾਂਗਾ ਮਾਰ ਮਾਰ ਉੱਥੇ ਨੌਜਵਾਨਾਂ ਦਾ ਘਾਣ ਕੀਤਾ, ਇਹ ਕੋਈ ਤਰੀਕਾ ਯਾਰ? ਤੁਸੀਂ ਕੰਧਾਂ ਤੁਸੀਂ ਕੱਢੋ, ਬੈਰੀਗੇਡ ਤੁਸੀਂ ਲਾਓ, ਕਿੱਲ ਤੁਸੀਂ ਲਾਓ, ਅਤੇ ਅਜੇ ਯਾਰ ਫੰਡਿੰਗ ਤੁਸੀਂ ਸਾਨੂੰ ਦੱਸਦੇ ਹੈ? ਸਾਡੀ ਲੜਾਈ ਕਾਹਦੇ ਨਾਲ? ਸਾਡੀ ਲੜਾਈ ਮੰਗਾਂ ਉਹੀ ਆ ਵੀ ਆਸ਼ੀਸ਼ ਮਿਸ਼ਰਾ ਜਿਹੜਾ ਅਜੇ ਮਿਸ਼ਰਾ ਟੈਣੀ ਦਾ ਮੁੰਡਾ, ਵੀ ਉਹਨੇ ਦਿਨ ਦਿਹਾੜੇ ਕਿਸਾਨਾਂ ਦਾ ਖੂਨ ਕੀਤਾ, ਦਿਨ ਦਿਹਾੜੇ ਕਿਸਾਨਾਂ 'ਤੇ ਜੀਪਾਂ ਚੜਾਈਆਂ, ਤੁਸੀਂ ਸਜ਼ਾਵਾਂ ਕਿਉਂ ਨਹੀਂ ਦਿੱਤੀਆਂ? ਫੰਡਿੰਗ ਆਈ ਆ, ਤੁਸੀਂ ਸਬੂਤ ਕੱਢੋ। ਤੁਸੀਂ ਪੰਜਾਬ ਨੂੰ ਲੁੱਟ ਲਿਆ 72 ਸਾਲ ਦਾ, 75 ਸਾਲ ਦਾ, ਤੁਸੀਂ ਮਹਿਲਾਂ ਤੱਕ ਕਿਵੇਂ ਪਹੁੰਚ ਗਏ? ਤੁਹਾਡੇ ਕੋਲ ਲੈਂਡ ਕਰੂਜ਼ਰ ਅਗਰ ਪਿੱਛੜ ਕਿਵੇਂ ਸੋਡੂ ਕਿੱਥੋਂ ਆਈਆਂ? ਤੁਸੀਂ ਪੰਜਾਬ ਦੇ ਲੋਕਾਂ ਦਾ ਖੂਨ ਚੂਸ ਲਿਆ, ਅਤੇ ਅਜੇ ਕਹਿ ਰਹੇ ਆ ਕਿਸਾਨਾਂ ਨੂੰ ਵੀ ਫੰਡਿੰਗ ਆ ਰਹੀ ਹੈ। ਇਹ ਬਿਲਕੁਲ ਗੁੰਮਰਾਹ ਕਰ ਰਹੇ ਆ, ਇਹ ਬੀਜੇਪੀ ਦੀ ਚਾਲ ਹੈ। ਅਸੀਂ ਤਾਂ ਬਾਈ ਉਦੋਂ ਹੀ ਬਾਜਾਂ ਦਿੰਦੇ ਸੀ ਵੀ ਚੋਣਾਂ ਤੋਂ ਬਾਅਦ ਹਾਲਾਤ ਦੇਖੋ ਤਾਂ ਵੱਧ ਤੋਂ ਬੱਤਰ ਹੋਣੇ ਆ, ਅਤੇ ਤੁਸੀਂ ਹਾਲਾਤ ਜਸ ਬਾਈ ਦੇਖੋਗੇ, ਜੇ ਲੋਕ ਨਾ ਉੱਠੇ ਉਸ ਤਰ੍ਹਾਂ ਇਹ ਪੰਜਾਬ ਮਗਰ ਪਏ ਹੋਏ ਆ ਵੀ ਬਾਟਿਆਂ ਨੂੰ ਚੰਗੀ ਤਰ੍ਹਾਂ ਇਹਨਾਂ ਨੂੰ ਮਸਲ ਕੇ ਆ ਜ਼ਮੀਨਾਂ ਜਿਹੜੀਆਂ ਹੈਗੀਆਂ ਇਹ ਕਾਰਪੋਰੇਟਾਂ ਦੇ ਹਵਾਲੇ ਕਿਵੇਂ ਕਰਨੀਆਂ? ਕਿਉਂਕਿ ਬਾਈ ਜੀ ਇਹ ਖੇਤੀ ਸਾਡਾ ਸਦਾਬਹਾਰ ਕਿੱਤਾ ਸੀ ਜਿਹੜਾ ਅੱਜ ਇਹ ਲੋਕਾਂ ਨੇ ਬਰਬਾਦ ਕਰਤਾ, ਅਤੇ ਉਹ ਕਿੱਤਾ ਇਹ ਅਬਾਨੀਆਂ ਡਾਨੀਆਂ ਦੇ ਪੇਸ਼ ਕਰਨ ਲੱਗੇ ਹੋਏ ਆ ਵੀ ਉਹਨਾਂ ਦੇ ਹਵਾਲੇ ਕਿਵੇਂ ਕੀਤਾ ਜਾਵੇ। ਇੱਕ ਛੋਟੇ ਮਾਧਿਅਮ ਰਹੀ ਮੈਂ ਹੋਰ ਦੱਸਦਿਆਂ, ਜਿਹੜੇ ਕਾਲੇ ਕਾਨੂੰਨ ਇਹ ਫੌਜਦਾਰੀ ਕਾਨੂੰਨ ਲਿਆਏ ਆ, ਤੁਹਾਨੂੰ ਪਤਾ ਇਹਨਾਂ ਨੇ ਪੁਲਿਸ ਨੂੰ ਕਿੰਨੀਆਂ ਪਾਵਰਾਂ ਦਿੱਤੀਆਂ ਨੇ? ਅੱਗੇ ਇੱਕ ਦਿਨ ਪੁਲਿਸ ਰੱਖ ਸਕਦੀ ਸੀ ਬੰਦਾ, ਜਿਵੇਂ ਰਿਮਾਂਡ ਦੇਤਾ 5 ਦਿਨਾਂ ਦਾ ਦੇਤਾ, 4 ਦਿਨਾਂ ਦਾ ਦੇਤਾ, ਉਸ ਤੋਂ ਬਾਅਦ ਜਿਵੇਂ ਉਹਦੇ 'ਤੇ ਮੁਕੱਦਮਾ ਜਿਹੋ ਜਿਹਾ ਦਰਜ ਆ, ਜਿਹੋ ਜਿਹੀ ਧਾਰਾ ਲੱਗੀ ਆ, ਉਸ ਦੇ ਹਿਸਾਬ ਨਾਲ ਮਿਲਦਾ ਹੀ। ਹੁਣ ਬਾਈ ਇਹੋ ਜਿਹਾ ਭੱਬਲ ਭੂਸਾ ਪਾਤਾ, 3-3 ਮਹੀਨੇ ਪੁਲਿਸ ਆਪਦਾ ਬੰਦੇ ਥਾਣਿਆਂ 'ਚ ਰੱਖ ਸਕਦੀ ਹੈ। ਇਹ ਕਿਉਂ ਲਿਆਏ ਨੇ ਕਾਲੇ ਕਾਨੂੰਨ? ਇਹ ਉਤਲੀ ਗਲੀ ਪੈ ਚੁੱਕੇ ਹੈ ਵੀ ਜੇ ਇਸ ਰਸਤੇ ਉਹ ਕਾਲੇ ਕਾਨੂੰਨ ਤੁਸੀਂ ਰੱਦ ਕਰਾ ਲਏ, ਇਸ ਰਸਤੇ ਜਾਓ, ਲੋਕਾਂ ਦੇ ਵਿੱਚ ਹੈਮ ਪਾਓ, ਪੁਲਿਸ ਨੂੰ ਪਾਵਰਾਂ ਦਿਓ, ਕਿਉਂਕਿ ਵੀ ਇਹ ਲੋਕਾਂ ਦੇ ਮੌਰ ਛਾਂਗੋ ਜਿਹੜੇ ਲੋਕ ਇਹ ਆਵਾਜ਼ ਚੱਕਦੇ ਨੇ, ਅਤੇ ਇਸ ਤਰੀਕੇ ਨਾਲ 3-3 ਮਹੀਨੇ ਉਹਨਾਂ ਨੂੰ ਖੁੱਲ੍ਹੀ ਛੂਟ ਦੇ ਦੇਣੀ ਵੀ ਤੁਸੀਂ ਥਾਣੇ ਦੇ ਵਿੱਚ ਬੰਦਾ ਰੱਖ ਸਕਦੇ ਹੋ। ਇਹ ਕਾਲੇ ਕਾਨੂੰਨ ਲੋਕਾਂ ਨੂੰ ਆਦੇ ਆ, ਇਹ ਵੀ ਆ ਚੁੱਕੇ ਆ। ਇਹਨਾਂ ਵਿਰੁੱਧ ਆਉਣ ਵਾਲੇ ਸਮੇਂ ਦੇ ਵਿੱਚ
ਤੁਸੀਂ ਜਾਗ ਜਾਓ ਭਰਾਵੋ, ਜੇ ਅਜੇ ਵੀ ਪਾਰਟੀਆਂ ਦਾ ਝੱਗਾ ਫੜੀ ਫਿਰੋਂਗੇ, ਅਜੇ ਵੀ ਪਾਰਟੀਆਂ ਮਗਰ ਤੁਰੇ ਫਿਰੋਂਗੇ, ਅਤੇ ਆਹ ਬਿੱਟੂ ਵਰਗਿਆਂ ਦੇ ਬਿਆਨ ਯਾਰ ਘੰਟੇ ਘੰਟੇ ਤੋਂ ਬਦਲੀ ਜਾਂਦੇ ਆ। ਘੰਟੇ ਬਾਅਦ ਤਾਂ ਤੁਹਾਨੂੰ ਕਹਿੰਦੇ ਆ ਇਹ ਫੰਡਿੰਗ ਆਉਂਦੀ ਹੈ, ਇਹ ਲੋਕਾਂ ਨੂੰ ਗੁੰਮਰਾਹ ਕਰਦੇ ਆ ਕਿਸਾਨ ਆਗੂ, ਅਤੇ ਉਦੋਂ ਦੋ ਦਿਨ ਪਹਿਲਾਂ ਇਹ ਕਹੀ ਜਾਂਦੇ ਹੁੰਦੇ ਆ ਇਹ ਕਿਸਾਨ ਆਗੂ ਬਹੁਤ ਵਧੀਆ ਨੇ, ਸੰਘਰਸ਼ ਕਰਦੇ ਆ, ਪੰਜਾਬ ਦੇ ਵਿੱਚ ਵਧੀਆ ਜਥੇਬੰਦੀਆਂ ਕੰਮ ਕਰ ਰਹੀਆਂ ਨੇ, ਇਹਨਾਂ ਦਾ ਸਾਥ ਦੇਣਾ ਚਾਹੀਦਾ। ਬੀਜੇਪੀ ਵਾਲਿਆਂ ਦੇ ਤਾਂ ਮੈਂ ਜੁੱਤੀ ਮਾਰੂੰਗਾ, ਇਹਨਾਂ ਨਾਲ ਤਾਂ ਬਾਈਟ ਨਹੀਂ ਕਰਨੀ ਚਾਹੀਦੀ ਮੈਨੂੰ, ਇਹਨਾਂ ਦੇ ਨਾਲ ਤਾਂ ਮੈਂ ਇਹਨਾਂ ਦੇ ਨਾਲ ਕਿਵੇਂ ਬੈਠਾਂ। ਇਹਨਾਂ ਨੇ 720 ਕਿਸਾਨਾਂ ਨੂੰ ਸ਼ਹੀਦ ਕਰਵਾਤਾ, ਅਤੇ ਅੱਜ ਉਹੀ ਬਿੱਟੂ ਵਰਗੇ ਉਹਨਾਂ ਦੀ ਬੋਲੀ ਬੋਲੀ ਜਾਂਦੇ ਆ, ਅਤੇ ਅਜੇ ਵੀ ਇਹ ਲੋਕਾਂ ਨੂੰ ਤਵੱਜੋ ਦਿੰਦਾ ਯਾਰ ਤੁਹਾਡਾ ਮੀਡੀਆ, ਅਜੇ ਵੀ ਮੈਕ ਲੈ ਕੇ ਐਂ ਉਹਦਾ ਡੱਡੂ ਜਿਹਾ ਉਹਦੇ ਮੂਹਰੇ ਮੂਹਰੇ ਕਰ ਦਿੰਦੇ ਹੋ, ਅਜੇ ਵੀ ਉਹ ਗੱਲਾਂ 'ਤੇ ਅਸਰ ਕਰਦੇ ਹੋ, ਫਿਰ ਕੀ ਸਮਝ ਗਏ ਅਸੀਂ ਮੀਡੀਆ ਨੂੰ ਵੀ? ਅਜੇ ਵੀ ਉਹਨੂੰ ਸਵਾਲ ਜਵਾਬ ਕਰਦੇ ਹੋ, ਅਜੇ ਵੀ ਬਿੱਟੂ ਵਰਗਾਂ 'ਤੇ ਉਮੀਦਾਂ ਰੱਖਦੇ ਹੋ ਵੀ ਇਹ ਪੰਜਾਬ ਦਾ ਭਲਾ ਕਰਨਗੇ? ਇਹ ਗਦਾਰ ਲੋਕ ਨੇ ਯਾਰ ਜਿਹੜੇ ਇਹ ਕਿਸਾਨਾਂ ਦੇ ਮਜ਼ਦੂਰਾਂ ਦੇ ਪਿੱਠ ਦੇ ਵਿੱਚ ਛੁਰਾ ਮਾਰ ਰਹੇ ਆ। ਸਾਡੀ ਕਿਤੇ ਨਾਲ ਲੜਾਈ ਹੈ ਨਾ, ਸਾਡਾ ਜਾਤ ਦਾ ਮਸਲਾ ਨਾ ਸਾਡਾ ਧਰਮ ਦਾ ਮਸਲਾ, ਅਸੀਂ ਹਰ ਇੱਕ ਧਰਮ ਦਾ, ਹਰ ਇੱਕ ਜਾਤ ਦੀ, ਹਰ ਇੱਕ ਪਾਤ ਦੀ, ਹਰ ਇੱਕ ਇਨਸਾਨ ਦੀ, ਹਰ ਇੱਕ ਵਿਅਕਤੀ ਦੀ ਅਸੀਂ ਸਤਿਕਾਰ ਕਰਦੇ ਹਾਂ। ਸਾਡਾ ਇੱਕ ਕਿੱਤਾ ਹੈ, ਉਹ ਬਾਬਾ ਨਾਨਕ ਵੀ ਕਹਿ ਕੇ ਗਿਆ ਸੀ, ਉਹ ਕਿੱਤੇ ਦੀ ਲੜਾਈ ਹੈ ਯਾਰ, ਕਿਸਾਨਾਂ ਮਜ਼ਦੂਰਾਂ ਦੀ ਸਾਂਝ ਦੀ ਲੜਾਈ ਹੈ ਯਾਰ। ਇੱਥੇ ਯਾਰ ਇਹਨਾਂ ਨੇ ਕਿਸਾਨਾਂ ਮਜ਼ਦੂਰਾਂ ਦੇ ਵਿੱਚ ਆਹ ਚੋਣਾਂ ਦੇ ਵਿੱਚ ਬੀਜੇਪੀ ਨੇ ਪਾੜ ਪਾ ਕੇ ਧਰਮਾਂ ਦੇ ਵਿੱਚ ਵੋਟਾਂ ਲੈਣ ਦੀ ਕੋਸ਼ਿਸ਼ ਕੀਤੀ ਹੈ, ਪਿੰਡਾਂ ਦੇ ਵਿੱਚ ਪਾੜ ਪਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਇਹ ਕਿਸਾਨ ਤਾਂ ਤੁਹਾਡੀਆਂ ਆਵਾਜ਼ਾਂ ਨਹੀਂ ਚੱਕਦੇ, ਇੱਕ ਭਾਈਚਾਰੇ ਦੀ ਸਾਂਝ ਤੋੜਨ ਦੀ ਕੋਸ਼ਿਸ਼ ਕੀਤੀ ਹੈ, ਅਤੇ ਉਹ ਕੁਛ ਵਰਤ ਰਹੇ ਨੇ। ਸਮਾਜ ਤਾਂ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਸੋ ਮੇਰੇ ਨਾਲ ਬਿੱਟੂ ਮੱਲਣ ਹੋ ਰਹੀ ਸੀ, ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ, ਜੁੜੇ ਰਹੋ RMB ਟੈਲੀਵਿਜ਼ਨ ਦੇ ਨਾਲ। ਹੁਣ ਆਪਣੇ ਦੋਸਤ ਜਸ ਕਰੇਵਾਲ ਤੋਂ ਇਜਾਜ਼ਤ, ਧੰਨਵਾਦ ਜੀ।